ਇਹ ਵਾਈਬ੍ਰੇਸ਼ਨ ਵਾਲੀ ਗੱਲ ਤੇ ਬਹੁਤ ਹੀ ਡੀਪ ਹੈ ਮਤਲਬ ਅਗਰ ਆਪਾਂ ਇਹ ਖਾਣਾ ਆਪਣਾ ਠੀਕ ਕਰ ਦਈਏ ਨਾ ਤੇ ਸਾਨੂੰ ਬਿਮਾਰੀਆਂ ਲੱਗਣ ਲੱਗੀਆਂ ਨਹੀਂ ਲੱਗਣ ਨਹੀਂ ਲਾਈਕ ਜਿਵੇਂ ਖੋ ਖੁੰਦੇ ਆ ਉਹ ਅਜਕਲ ਲਾਈਕ ਜਿਵੇਂ ਤਬਾਕੋ ਖਾਰੇ ਹੁੰਦੇ ਆ ਇਹ ਸਾਰੀ ਚੀਜ਼ਾਂ ਖਾਰੇ ਹੁੰਦੇ ਆ ਤੇ ਫਿਰ ਉਹੀ ਜਾਂ ਮਨ ਚੱਲੇ ਜਾਂਦੇ ਫਿਰ ਉਹੀ ਜੀ ਵਾਈਬ੍ਰੇਸ਼ਨ ਸਾਡੇ ਅੰਦਰ ਜਿਸ ਦਿਨ ਤੁਸੀਂ ਕੋਈ ਬਾਰਲਾ ਖਾਦਾ ਹੋਏਗਾ ਨਾ ਤੁਹਾਨੂੰ ਉਸ ਰਾਤ ਨੂੰ ਨੀਂਦ ਵੀ ਬੜੀ ਔਖੀ ਆਂਦੀ ਹੈ ਸੋ ਜਦੋਂ ਕੋਈ ਘਰ ਵਿੱਚ ਵੀ ਕੋਈ ਚੀਜ਼ ਬੰਦੀ ਹੈ ਨਾ ਤੇ ਹਮੇਸ਼ਾ ਆਈ ਆਲਵੇਸ ਸਜੈਸਟ ਮਾਈ ਕਲਾਇੰਟਸ ਕਿ ਹਮੇਸ਼ਾ ਆਪਣੇ ਕਿਚਨ ਦੇ ਵਿੱਚ ਕੋਈ ਮੰਤਰ ਜ਼ਰੂਰ ਲਗਾਓ ਠੀਕ ਹੈ ਜਿਹੜਾ ਹਮੇਸ਼ਾ ਚੱਲਦਾ ਰਹੇ ਤੇ ਉਹ ਤੁਹਾਡੇ ਖਾਣੇ ਵਿੱਚ ਆਂਦਾ ਰਹੇ ਖਾਣ ਦੇ ਟਾਈਮ ਤੇ ਉਹ ਵਾਈਬ੍ਰੇਸ਼ਨ ਜੇ ਚਲਦੀਆਂ ਰਹਿਣਗੀਆਂ ਤੇ ਜਦੋਂ ਤੁਸੀਂ ਖਾਣਾ ਲੈਣ ਵਾਲਿਓ ਕਾਹਗੇ ਉਹ ਵਾਈਬ੍ਰੇਸ਼ਨ ਨਹੀਂ ਤੁਹਾਡੇ ਅੰਦਰ ਤੁਹਾਨੂੰ ਹੀਲਿੰਗ ਦਾ ਕੰਮ ਕਰ ਦੇਣਾ ਜਦੋਂ ਬੰਦਾ ਬਾਹਰਲਾ ਬਣਾ ਰਿਹਾ ਹੁੰਦਾ ਨਾ ਉਹ ਮਾਸ ਪੀਪਲ ਲਈ ਬਣਾਏਗਾ ਕਿੰਨੇ ਹਜ਼ਾਰਾਂ ਲੋਕਾਂ ਲਈ ਬਣਾਏਗਾ ਤੇ ਉਹਦੀ ਵੀ ਮੰਚੇ ਹੁੰਦਾ ਕਿ ਇੰਨੇ ਲੋਕਾਂ ਲਈ ਬਣਾਣਾ फटाफट ਬਣਾਓ ਤੇ ਮੈਂ ਕੰਮ ਖਤਮ ਕਰਾਂ ਤੇ ਜਾਵਾਂ ਪਰ ਜਿਹੜੀ ਵਾਈਬ੍ਰੇਸ਼ਨ ਤੁਹਾਡੇ ਅੰਦਰ ਜਾਂਦੀ ਉਹ ਤੁਹਾਨੂੰ ਹੀ ਅੱਗੇ ਜਾ ਕੇ ਉਹ ਐਂਗਰ ਐਂਗਜ਼ਾਇਟੀ ਰਿਟੇਬਿਲਟੀ ਉਹ ਇਮੋਸ਼ਨ ਜਿਹੜੇ ਉਹ ਕ੍ਰੀਏਟ ਕਰਦੇ ਬਿਲਕੁਲ 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 ਯਾ